ਜਿਹੜੇ ਵੀ ਸਟੂਡੈਂਟ ਨੇ ਜੇ ਤਾਂ ਦੇਖੋ ਤੁਸੀਂ ਮਾਰਨਾ ਤੁੱਕਾ ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ, ਫਿਰ ਮੇਰੇ ਕੋਲ ਪੜ੍ਹਨ ਦੀ ਲੋੜ ਨਹੀਂ ਹੈਗੀ, ਜਿੱਥੇ ਮਰਜ਼ੀ ਜਾਓ ਪੜ੍ਹੋ। ਪਰ ਜਿਹੜਾ ਸਟੂਡੈਂਟ ਇੱਕ ਗੱਲ ਕਹਿੰਦਾ ਹੈਗਾ ਕਿ ਰਮਨ ਸਰ ਪੜ੍ਹਾਂਗੇ ਵੀ ਤੁਹਾਡੇ ਕੋਲ ਤੇ ਇਸ ਤਰੀਕੇ ਨਾਲ ਪੜ੍ਹਾ ਦਿਓ ਕਿ ਅਸੀਂ 9 ਚੋਂ 9 ਲਿਆਈਏ, ਫਿਰ ਜ਼ੁਰਤ ਦਿਖਾ ਦਿਓ। ਹੁਣ ਤੁਹਾਡੇ ਕੋਲ ਆਪਸ਼ਨ ਨੇ 11, ਜੇ ਤਾਂ ਤੁਸੀਂ ਐਵੇਂ ਪੇਪਰ ਕਰਨਾ ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ। ਜੇ ਤੁਸੀਂ ਮੇਰੇ ਅਕੋਰਡਿੰਗ ਚੱਲਣਾ ਹੈ ਨਾ, ਤੁਸੀਂ ਪਤਾ ਕੀ ਦਿਮਾਗ 'ਚ ਲਾਓ, ਐਲੀਮੀਨੇਸ਼ਨ ਮੈਥਡ ਇਜ਼ ਵਨ ਆਫ ਦਾ ਬੈਸਟ ਮੈਥਡ। ਤੇ ਤੁਹਾਨੂੰ ਇਹ ਦੱਸਦਾ, ਇਨਸਾਈਕਲੋਪੀਡੀਆ ਦਾ ਮਤਲਬ ਹੁੰਦਾ ਕੰਪਲੀਟ A to Z ਸਰਵਾਈਵਲ ਟੈਕਨੀਕਸ ਇਨ ਦਾ ਵਾਇਲਡ। ਹੁਣ ਸਰਵਾਈਵਲ ਦਾ ਮਤਲਬ ਪਤਾ ਕੀ ਹੁੰਦਾ, ਸਰਵਾਈਵ ਕਰਨਾ, ਬਚ ਕੇ ਰਹਿਣਾ। ਮੈਨ ਵਰਸਿਸ ਵਾਇਲਡ ਦੇਖੇਗਾ, ਜੇ ਚ ਉਹਨੂੰ ਕੀੜਾ ਮਕੌੜਾ ਵੀ ਆ ਰਿਹਾ ਵੀ ਆਹ ਬਰਗਰ ਮੇ ਟਿੱਕੀ ਹੈ, ਆਈ ਭੜਕਾ ਦਿੰਦਾ, ਉਹ ਕੀ ਕਰ ਦੇਗਾ। ਹੈਲੋ ਐਵਰੀਵਨ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਔਨਲਾਈਨ ਸਟੂਡੈਂਟ ਅਤੇ ਮੇਰੀ ਸਾਰੀ ਔਫਲਾਈਨ ਕਲਾਸ ਨੂੰ, ਮੇਰੇ ਵੱਲੋਂ ਅੱਜ ਦੀ ਕਲਾਸ ਦੇ ਵਿੱਚ ਆਈਐਲਸ ਰੀਡਿੰਗ ਦਾ ਦੂਜਾ ਸਟੈਪ, ਮਤਲਬ ਲਾਸਟ ਕਲਾਸ ਮੇਰੀ ਸੀ ਰੀਡਿੰਗ ਦੀ, ਦੈਟ ਵਾਸ ਟਰੂ ਫਾਲਸ, ਅਤੇ ਦੂਜੇ ਨੰਬਰ ਦੀ ਮੇਰੀ ਕਲਾਸ 2 ਹੈ ਜਿਹੜੀ, ਉਹ ਹੈਗੀ ਆ ਲਿਸਟ ਆਫ ਹੈਡਿੰਗ। ਬਹੁਤ ਸਾਰੇ ਬੱਚਿਆਂ ਨੂੰ ਲਿਸਟ ਆਫ ਹੈਡਿੰਗ 'ਚ ਪ੍ਰੋਬਲਮ ਹੈ, ਬਹੁਤ ਸਾਰੇ ਬੱਚਿਆਂ ਦੇ ਡਾਊਟਸ ਨੇ। ਬਹੁਤ ਸਾਰੇ ਬੱਚੇ ਕਹਿੰਦੇ ਆ ਕਿ ਰਮਨ ਸਰ ਪਤਾ ਨਹੀਂ ਦੋ ਐਂਸਰ ਇੱਕੋ ਜਿਹੇ ਕਿਉਂ ਲੱਗਦੇ ਆ, ਰਮਨ ਸਰ ਪਤਾ ਨਹੀਂ ਜਿਹੜਾ ਐਕੂਰੇਟ ਅਸੀਂ ਸੋਚਦੇ ਵੀ ਇਹਦਾ ਐਂਸਰ ਆ ਹੋਊਗਾ ਉਹ ਹੁੰਦਾ ਹੀ ਨਹੀਂ ਹੈਗਾ। ਮੈਂ ਸਾਰੀ ਕਲਾਸ ਨੂੰ ਬੜੇ ਚੰਗੇ ਤਰੀਕੇ ਨਾਲ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਸਟੂਡੈਂਟ ਮੇਰੇ ਕੋਲ ਪੜ੍ਹਦਾ ਹੈਗਾ, ਮੇਰੇ ਕੋਲ ਪੇਪਰ ਕਲੀਅਰ ਕਰਨ ਦੇ ਮਨ 'ਚ ਆਇਆ ਹੋਇਆਗਾ, ਮੈਂ ਜ਼ਿੰਦਗੀ ਬਣਾ ਕੇ ਤੋਰੂੰਗਾ, ਅਤੇ ਜਿਹੜਾ ਮਨ 'ਚ ਨਹੀਂ ਆਇਆ ਫਿਰ ਉਹ ਆਪਣਾ ਨਹੀਂ ਹੈਗਾ। ਬਸ ਮੇਨ ਚੀਜ਼ ਮੇਰਾ ਅਸੂਲ ਹੈਗਾ, ਜਿਹਦਾ ਮੈਂ ਕਰਦਾ ਮੈਂ ਦਿਲੋਂ ਕਰਦਾ, ਜਿਹਦਾ ਮੈਂ ਨਹੀਂ ਕਰਦਾ ਫਿਰ ਮੈਂ ਉਹਦੇ ਕਣੀ ਮੂੰਹ ਵੀ ਨਹੀਂ ਕਰਦਾ। ਬਸ ਮੇਰਾ ਇਹ ਅਸੂਲ ਹੈ, ਜੇ ਤੁਸੀਂ ਪੜ੍ਹਨੇ ਮੇਰੇ ਕੋਲੋਂ ਮੈਂ ਦਿਲੋਂ ਪੜ੍ਹਾਊਂਗਾ, ਫੋਰਮੈਲਿਟੀਆਂ ਨਹੀਂ ਹੈਗੀਆਂ। ਕਲਾਸ ਨੂੰ ਪੜ੍ਹਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਚੰਗੀ ਜਿਹੀ ਗੱਲ ਦੱਸ ਦੇਣਾ, ਸ਼ਾਇਦ ਬਹੁਤ ਸਾਰੀ ਵੀਡੀਓਜ਼ ਮੇਰੇ ਮਾਪੇ ਵੀ ਦੇਖਦੇ ਆ, ਬੱਚਿਆਂ ਦੇ ਮਾਂ ਪਿਓ ਹੁੰਦੇ ਜਿਹੜੇ ਉਹ ਦੇਖਦੇ ਵੀਡੀਓਜ਼, ਅਤੇ ਤੁਹਾਨੂੰ ਇੱਕ ਬੜੀ ਚੰਗੀ ਗੱਲ ਦੱਸਦਾ, ਅਕਸਰ ਅਸੀਂ ਕੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਅਸੀਂ ਡਰਾਉਂਦੇ ਬਹੁਤ ਹਾਂ, ਅਕਸਰ ਆਪਣੇ ਮਾਂ ਪਿਓ ਨੇ ਵੀ ਆਪਾਂ ਨੂੰ ਡਰਾਇਆ ਹੋਊਗਾ। ਇੱਕ ਪੋਤ ਹੁੰਦੀ ਹੈ ਉਹਦੇ ਪੈਰ ਪੁੱਠੇ, ਕਿਹਦੇ ਕਿਹਦੇ ਮਾਂ ਪਿਓ ਨੇ ਆਹ ਗੱਲ ਸਿਖਾਈ ਹੈ ਵੀ ਭੂਤ ਦੇ ਪੈਰ ਪੁੱਠੇ ਹੁੰਦੇ ਨੇ, ਪਤਾ ਨਹੀਂ ਕਿਹੜੇ ਮਤਲਬ ਕਿੱਥੋਂ ਹੋ ਗਏ ਇਹ। ਚਲੋ ਇਹ ਤੋਂ ਵੱਡੀ ਗੱਲ ਸਿਖਾਉਣਾ, ਜਦੋਂ ਮਾਂ ਪਿਓ ਨਾ ਆਪਣੇ ਬੱਚਿਆਂ ਨੂੰ ਡਰਾਉਂਦੇ ਨੇ, ਛੋਟੇ ਹੁੰਦਿਆਂ ਨੂੰ ਡਰਾਉਂਦੇ ਨੇ, ਇਹਦੇ ਬਹੁਤ ਵੱਡੇ ਨੁਕਸਾਨ ਨੇ। ਤੁਸੀਂ ਕਹੋਗੇ ਰਮਨ ਕਿਵੇਂ ਨੁਕਸਾਨ ਨੇ, ਮੈਂ ਹਮੇਸ਼ਾ ਪੜ੍ਹਾਉਣ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਮੋਟੀਵੇਟ ਕੋਈ ਗੱਲ ਕਰਦਾ ਹੁੰਦਾ ਜਿਹਦੇ ਨਾਲ ਕਲਾਸ ਦਾ ਇੰਟਰਸਟ ਦੁੱਗਣਾ ਹੋ ਜਾਂਦਾ ਹੈਗਾ। ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਸੀ, 5 ਸਾਲ ਦਾ ਬੱਚਾ ਸੀ, ਛੋਟਾ ਜਿਹਾ। ਤਾਂ ਕੀ ਹੋਇਆ, ਉਹਨਾਂ ਦੇ ਘਰ ਇੱਕ ਕਮਰਾ ਸੀਗਾ, ਉਸ ਕਮਰੇ ਦੇ ਵਿੱਚ ਉਸ ਬੱਚੇ ਨੂੰ ਜਾਣ ਨਹੀਂ ਦਿੰਦੇ ਸੀ, ਕਿਉਂਕਿ ਉੱਥੇ ਨਾ ਮਿਠਾਈਆਂ ਬਹੁਤ ਪਈਆਂ ਸੀ, ਬਹੁਤ ਸਾਰੀਆਂ ਮਿਠਾਈਆਂ ਪਈਆਂ ਸੀ ਉਸ ਘਰੇ, ਉਹ ਬੱਚੇ ਨੂੰ ਜਾਣ ਨਾ ਦਿਆ ਕਰਨ। ਉੱਥੇ ਉਹ ਬੱਚਾ ਪੁੱਛਿਆ ਕਰੇ ਵੀ ਪਾਪਾ ਮੈਂ ਉਸ ਕਮਰੇ 'ਚ ਜਾਣਾ, ਉਹਦਾ ਡੈਡੀ ਪਤਾ ਕੀ ਕਹਿੰਦਾ, ਕਹਿੰਦਾ ਬੇਟੇ ਉੱਥੇ ਬਾਊ ਰਹਿੰਦਾ ਹੈ, ਪਤਾ ਨਹੀਂ ਇਹ ਕਿੱਥੋਂ ਲਿਆਉਂਦੇ ਨੇ ਬਾਊ ਨੂੰ, ਕੀ ਰਹਿੰਦਾ ਉੱਥੇ ਬਾਊ ਰਹਿੰਦਾ, ਜਾਈ ਨਾ ਖਾ ਜੂਗਾ ਤੈਨੂੰ। ਜਵਾਕ ਦੇ ਦਿਮਾਗ 'ਚ ਗੱਲ ਹੋ ਗਈ ਵੀ ਉੱਥੇ ਬਾਊ ਰਹਿੰਦਾ ਹੈਗਾ, ਜਾਣਾ ਨਹੀਂ ਹੈਗਾ, ਡਰ ਬੈਠ ਗਿਆ। ਲਓ ਜੀ 5 ਸਾਲ ਬਾਅਦ ਕੀ ਹੋਇਆ, ਜਿਹੜਾ ਬੱਚਾ ਸੀਗਾ ਥੋੜ੍ਹਾ ਵੱਡਾ ਹੋਇਆ, ਪਹਿਲਾਂ 5 ਸਾਲਾਂ ਦਾ ਸੀਗਾ, ਫਿਰ ਉਹ +2 ਕਰ ਲਈ, ਬਾਹਰਲੇ ਦੇਸ਼ ਵੱਗ ਗਿਆ, ਵੱਡਾ ਹੋ ਗਿਆ, PR ਮਿਲ ਗਈ ਕੈਨੇਡਾ ਤੋਂ, ਵਾਪਸ ਆ ਗਿਆ ਜੀ ਘਰੇ। ਜਦੋਂ ਘਰੇ ਆਇਆ ਬੈਠੇ ਸਾਰੇ ਉਵੇਂ ਲੋਬੀ ਦੇ ਵਿੱਚ, ਉਹਦਾ ਮੁੰਡੇ ਦਾ ਡੈਡੀ ਉਹਨੂੰ ਮੁੰਡੇ ਨੂੰ ਕਹਿੰਦਾ, ਕਹਿੰਦਾ ਬੇਟੇ ਉਸ ਕਮਰੇ 'ਚੋਂ ਮਾੜਾ ਸਮਾਨ ਲੈ ਕੇ ਆਈ, ਬੇਟੇ ਉਸ ਕਮਰੇ 'ਚੋਂ ਸਮਾਨ ਲੈ ਕੇ ਆਈ। ਕਹਿੰਦਾ ਨਾ, ਕਹਿੰਦਾ ਕਿਉਂ,
ਕਹਿੰਦਾ ਉੱਤੇ ਬਾਊ ਹੈ ਉਹਦਾ ਡੈਡੀ ਕਹਿੰਦਾ ਓਏ ਬੌਲਿਆ ਹੁਣ ਤਾਂ ਤੂੰ 30 ਸਾਲ ਦਾ ਹੋ ਗਿਆ ਕਹਿੰਦਾ ਜੇ ਮੈਂ 30 ਦਾ ਹੋ ਗਿਆ ਜੇ ਮੈਂ 30 ਦਾ ਹੋ ਗਿਆ ਕਹਿੰਦਾ ਬਾਊ ਵੀ ਤਾਂ ਮੇਰੇ ਜਿੱਡੇ ਹੀ ਹੈ ਤਾਂ ਅਸਲ ਦੇ ਵਿੱਚ ਕੀ ਹੈਗਾ ਕਿ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਜਦੋਂ ਆਪਾਂ ਐਵੇਂ ਦੀਆਂ ਗੱਲਾਂ ਕਰਦੇ ਹਾਂ ਨਾ ਤਾਂ ਇਹ ਇੱਕ ਬੜੇ ਨੈਗੇਟਿਵ ਐਸਪੈਕਟ ਨੇ ਠੀਕ ਹੈ ਆਓ ਸ਼ੁਰੂ ਕਰੀਏ ਅੱਜ ਦੀ ਕਲਾਸ ਬੜੇ ਚੰਗੇ ਤਰੀਕੇ ਨਾਲ ਲਿਸਟ ਆਫ ਹੈਡਿੰਗ ਤੇ ਬਹੁਤ ਸਾਰੇ ਬੱਚਿਆਂ ਨੂੰ ਅੱਜ ਮੈਂ ਬੜਾ ਹੈਰਾਨ ਕਰੂੰਗਾ ਕਿਉਂਕਿ ਜਿਹੜੇ ਲਿਸਟ ਆਫ ਹੈਡਿੰਗ ਨੇ ਜਰਨਲ ਦੇ ਨੇ ਮਤਲਬ ਜਰਨਲ ਦੇ ਲਿਸਟ ਆਫ ਹੈਡਿੰਗ ਨੇ ਤੇ ਬੜੇ ਸਾਰੇ ਬੱਚਿਆਂ ਨੂੰ ਪਤਾ ਕੀ ਲੱਗੂਗਾ ਵੀ ਰਮਨ ਸਾਰੇ ਤਾਂ ਟੂਚੂ ਟੂਚੂ ਜੇ ਨੇ ਟੂਚੂ ਟੂਚੂ ਮਤਲਬ ਇੱਕ ਇੱਕ ਦੋ ਦੋ ਲਾਈਨਾਂ ਦੇ ਨੇ ਤੇ ਉਸਤਾਦ ਜੀ ਇਹਨਾਂ ਨੂੰ ਨਾ ਟੂਚੂ ਟੂਚੂ ਜੇ ਜ਼ਰੂਰ ਹੁੰਦੇ ਨੇ ਪਰ ਉਹ ਏਡੇ ਕਨਫਿਊਜ਼ਿੰਗ ਲੈਵਲ ਦੇ ਹੁੰਦੇ ਨੇ ਨਾ ਮਤਲਬ ਬੜਾ ਸਾਫ਼ ਹੈ ਮੇਰੇ ਕੋਲੇ ਤੁਹਾਨੂੰ ਪੜ੍ਹਾਉਣ ਦੇ ਲਈ ਕੀ ਹੈ ਅੱਜ ਲਓ ਜੀ ਲਿਸਟ ਆਫ ਹੈਡਿੰਗ ਦੇ ਲਈ ਮੇਰਾ ਅੱਜ ਦਾ ਜਿਹੜਾ ਟੌਪਿਕ ਹੈ ਇਟਸ ਕਾਲਡ ਨਿਊ ਬੁੱਕ ਰਿਲੀਜ਼ ਨਵੀਆਂ ਕਿਤਾਬਾਂ ਕੋਈ ਰਿਲੀਜ਼ ਹੋਈਆਂ ਨੇ ਇਸ ਅਕੋਰਡਿੰਗ ਮੈਂ ਜਿਹੜਾ ਟੌਪਿਕ ਹੈ ਤੁਹਾਨੂੰ ਪੜ੍ਹਾਉਣ ਲੱਗਿਆ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਦੇਖੋ ਲੁੱਕ ਪੈਰਾਗ੍ਰਾਫ ਏ ਬੀ ਸੀ ਡੀ ਈ ਐਫ ਜੀ ਐਚ ਆਏ ਮਤਲਬ ਬੜਾ ਸਾਫ਼ ਹੋ ਗਿਆ ਕਿ ਸਾਡੇ ਕੋਲ ਇੱਕ ਪੈਰਾਗ੍ਰਾਫ ਨੇ ਪੁੱਤ ਏ ਬੀ ਸੀ ਡੀ ਈ ਐਫ ਜੀ ਐਚ ਆਏ ਬਲਾ ਬਲਾ ਹੈਗੇ ਆ ਹੁਣ ਇਹ ਤੋਂ ਬਾਅਦ ਦੂਜੇ ਨੰਬਰ ਤੇ ਸਾਡੇ ਕੋਲ ਕੀ ਹੈ ਕੁਸ਼ਚਨ ਟਾਈਪ ਵਾਓ ਰਮਨ ਸਭ ਤੋਂ ਚੰਗੀ ਗੱਲ ਇਹ ਪਤਾ ਲੱਗੂਗੀ ਸਾਨੂੰ ਕਿ ਅਸੀਂ ਕੁਸ਼ਚਨ ਨਾ ਏ ਪੜਾਂਗੇ ਬੀ ਪੜਾਂਗੇ ਸੀ ਪੜਾਂਗੇ ਕਿਉਂਕਿ ਡੀ ਦਾ ਆਲਰੇਡੀ ਇਹਨਾਂ ਨੇ ਇੱਕ ਐਗਜ਼ਾਮਪਲ ਹੈ ਜਿਹੜਾ ਉਹ ਦਿੱਤਾ ਹੋਇਆ ਤਾਂ ਡੈਫੀਨੇਟਲੀ ਜਿਵੇਂ ਬੁੱਕ ਡੀ ਐਗਜ਼ਾਮਪਲ ਦੇ ਵਿੱਚ ਆਈ ਹੋਈ ਆ ਤਾਂ ਆਪਾਂ ਨੂੰ ਬੁੱਕ ਡੀ ਪੜ੍ਹਨ ਦੀ ਲੋੜ ਨਹੀਂ ਵੀ ਆਰ ਨਾਟ ਗੋਇੰਗ ਟੂ ਵੇਸਟ ਅਵਰ ਟਾਈਮ ਅਸੀਂ ਆਪਦਾ ਟਾਈਮ ਕਿਉਂ ਖਰਾਬ ਕਰਾਂਗੇ ਸਭ ਤੋਂ ਚੰਗੀ ਗੱਲ ਕੀ ਹੈ ਫਿਰ ਈ ਐਫ ਜੀ ਐਚ ਪੜਾਂਗੇ ਤੇ ਉਸਤਾਦ ਆਏ ਵੀ ਨਹੀਂ ਪੜ੍ਹਦੇ ਕਿਉਂਕਿ ਆਏ ਆਲਰੇਡੀ ਐਗਜ਼ਾਮਪਲ ਦੇ ਵਿੱਚ ਆਇਆ ਹੋਇਆ ਹੁਣ ਆਪਣੇ ਕੋਲ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਕੋਲ ਆਪਸ਼ਨ ਕੁਛ ਇਸ ਤਰੀਕੇ ਦੇ ਨੇ ਲਿਸਟ ਆਫ ਹੈਡਿੰਗ ਜਿਵੇਂ 1, 2, 3, 4, 5, 6, 7, 8, 9, 10, 11 ਆਪਸ਼ਨ ਨੇ ਮੈਂ ਸਾਰੀ ਕਲਾਸ ਨੂੰ ਇਹ ਬੇਨਤੀ ਕਰਦਾ ਜਿਹੜੇ ਵੀ ਸਟੂਡੈਂਟ ਨੇ ਜੇ ਤਾਂ ਦੇਖੋ ਤੁਸੀਂ ਮਾਰਨਾ ਤੁੱਕਾ ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ ਫਿਰ ਮੇਰੇ ਕੋਲ ਪੜ੍ਹਨ ਦੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਜਾਓ ਪੜ੍ਹੋ ਪਰ ਜਿਹੜਾ ਸਟੂਡੈਂਟ ਇੱਕ ਗੱਲ ਕਹਿੰਦਾ ਹੈਗਾ ਕਿ ਰਮਨ ਸਰ ਪੜਾਂਗੇ ਵੀ ਤੁਹਾਡੇ ਕੋਲੇ ਤੇ ਇਸ ਤਰੀਕੇ ਨਾਲ ਪੜ੍ਹਾ ਦਿਓ ਕਿ ਅਸੀਂ 9 ਚੋਂ 9 ਲਿਆਈਏ ਫਿਰ ਜ਼ੁਰਤ ਦਿਖਾ ਦਿਓ ਮੈਂ ਇੱਕ ਟੈਕਨੀਕ ਦੱਸਦਾ ਤੁਹਾਨੂੰ ਸਾਰਿਆਂ ਨੂੰ ਟੈਕਨੀਕ ਕੋਈ ਬਹੁਤੀ ਵੱਡੀ ਨਹੀਂ ਹੈਗੀ ਬੜਾ ਆਮ ਜਿਹਾ ਤਰੀਕਾ ਹੈ ਆਪਾਂ ਕੀ ਕਰਾਂਗੇ ਪੈਰਾਗ੍ਰਾਫ ਪੜਾਂਗੇ ਏ ਮੈਂ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਕਰਾਊਂਗਾ ਪੈਰਾਗ੍ਰਾਫ ਏ ਉਸ ਤੋਂ ਬਾਅਦ ਮੈਂ 30 ਸੈਕਿੰਡ ਦਿਊਂਗਾ ਤੁਹਾਨੂੰ ਸਾਰਿਆਂ ਨੂੰ ਪਲੱਸ ਆਨਲਾਈਨ ਵਾਲਿਆਂ ਨੂੰ ਵੀ ਤੇ ਤੁਸੀਂ ਦੇਖ ਲਿਓ ਤੁਹਾਨੂੰ ਐਂਸਰ ਮਿਲਦਾ ਕਿ ਨਹੀਂ ਮਿਲਦਾ ਜੇ ਮਿਲ ਗਿਆ ਤਾਂ ਸਮਝ ਲਿਓ ਕਿ ਸਾਨੂੰ ਆ ਗਿਆ ਜੇ ਨਹੀਂ ਮਿਲ ਗਿਆ ਵਾਲੀ ਮਿਹਨਤ ਦੀ ਲੋੜ ਹੈਗੀ ਤਾਂ ਸਭ ਤੋਂ ਪਹਿਲਾਂ ਜੇ ਮੈਂ ਸ਼ੁਰੂ ਕਰਾਂ ਲਓ ਜੀ ਕੁਸ਼ਚਨ ਹੈਗਾ ਉਹ ਆ ਰਿਹਾ ਕਹਿੰਦਾ ਦਿਸ ਬੁੱਕ ਡਿਸਕ੍ਰਾਈਬਸ ਦਾ ਕ੍ਰੀਏਟਿਵਿਟੀ ਆਫ ਐਬੋਰੀਜਨਲ ਪੀਪਲ ਲਿਵਿੰਗ ਇਨ ਦਾ ਡਰਾਈਐਸਟ ਪਾਰਟਸ ਆਫ ਆਸਟ੍ਰੇਲੀਆ ਜਿਹੜੀ ਇਹ ਬੁੱਕ ਹੈ ਜਿਹੜੀ ਇਹ ਕਿਤਾਬ ਹੈਗੀ ਨਾ ਉਹ ਡਿਸਕ੍ਰਾਈਬ ਕਰਦੀ ਹੈ ਕ੍ਰੀਏਟਿਵਿਟੀ ਆਫ ਐਬਰੀਜਨਲ ਪੀਪਲ ਮੈਂ ਤੁਹਾਨੂੰ ਦੱਸਦਾ ਐਬਰੀਜਨਲ ਹੁੰਦੇ ਨੇ ਆਦਿਵਾਸੀ ਜਿਹੜੀ ਇਹ ਕਿਤਾਬ ਹੈ ਇਹ ਐਬਰੀਜਨਲ ਪੀਪਲ ਨੂੰ ਡਿਸਕ੍ਰਾਈਬ ਕਰਦੀ ਆ ਉਹਨਾਂ ਦਾ ਇੱਕ ਡਰਾਈਐਸਟ ਪਾਰਟ ਡਰਾਈਐਸਟ ਪਤਾ ਕਿਹੜਾ ਹੁੰਦਾ ਸੁੱਕਾ ਡਰਾਈ ਆਸਟ੍ਰੇਲੀਆ ਦਾ ਕੋਈ ਸੁੱਕਾ ਪਾਰਟ ਹੈ ਉਹਨੂੰ ਇਹ ਡਿਸਕ੍ਰਾਈਬ ਕਰਦੀ ਹੈ ਜਿਹਦੇ 'ਚ ਕੀ ਦੱਸਦੇ ਆ ਇਹ ਕਹਿੰਦੇ ਸਟਨਿੰਗ ਰੀਪ੍ਰੋਡਕਸ਼ਨ ਆਫ ਪੇਂਟਿੰਗਸ ਇੱਕ ਤਾਂ ਉਹ 'ਚ ਪੇਂਟਿੰਗਸ ਬਾਰੇ ਦੱਸਿਆ ਗਿਆ ਬਿਊਟੀਫੁੱਲ ਫੋਟੋਗ੍ਰਾਫੀ ਉਹਦੇ ਬਾਰੇ ਦੱਸਿਆ ਗਿਆ ਐਂਡ ਇਨਫੋਰਮੇਟਿਵ ਟੈਕਸਟ ਅਤੇ ਕੁਛ ਕੁ ਟੈਕਸਟ ਨੇ ਉਹਨਾਂ ਬਾਰੇ ਦੱਸਿਆ ਗਿਆ
ਬੜੇ ਆਰਾਮ ਨਾਲ ਜੇ ਮੈਂ ਦੇਖਾਂ ਤਾਂ ਪੈਰਾਗ੍ਰਾਫ ਕੀ ਕਹਿੰਦਾ ਹੈਗਾ ਵੀ ਇਹ ਕਿਤਾਬ ਡਿਸਕ੍ਰਾਈਬ ਕਰਦੀ ਹੈ ਆਸਟ੍ਰੇਲੀਆ ਦੇ ਐਬਰੀਜਨਲ ਪੀਪਲ ਨੂੰ, ਉਹਨਾਂ ਦੇ ਇੱਕ ਡਰਾਈਐਸਟ ਪਾਰਟ ਨੂੰ, ਉਹਨਾਂ ਦੀਆਂ ਕੋਈ ਪੇਂਟਿੰਗ ਨੂੰ, ਫੋਟੋਗ੍ਰਾਫੀ ਨੂੰ ਤੇ ਕੋਈ ਹੋਰ ਟੈਕਸਟ ਨੂੰ। ਬਸ ਦਿਮਾਗ 'ਚ ਬੈਠ ਗਿਆ। ਹੁਣ ਤੁਹਾਡੇ ਕੋਲ ਆਪਸ਼ਨ ਨੇ 11। ਜੇ ਤਾਂ ਤੁਸੀਂ ਐਵੀ ਪੇਪਰ ਕਰਨਾ ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ। ਜੇ ਤੁਸੀਂ ਮੇਰੇ ਅਕੋਰਡਿੰਗ ਚੱਲਣਾ ਨਾ, ਤੁਸੀਂ ਪਤਾ ਕੀ ਦਿਮਾਗ ਚ ਲਾਓ, ਐਲੀਮੀਨੇਸ਼ਨ ਮੈਥਡ ਇਜ਼ ਵਨ ਆਫ ਦਾ ਬੈਸਟ ਮੈਥਡ। ਕਿ ਰਮਨ ਸਰ ਐਂਸਰ ਮੈਂ ਤੁਹਾਨੂੰ ਇੱਕ ਵਾਰ ਲਵਾ ਕੇ ਦਿਖਾ ਦਾ ਨਾ, ਉਸ ਤੋਂ ਬਾਅਦ ਅਗਲੇ ਕੁਸ਼ਚਨ ਤੁਹਾਡੇ, ਠੀਕ ਹੈ? ਜੇ ਪਹਿਲਾਂ ਇੱਕ ਕੁਸ਼ਚਨ ਮੇਰਾ ਤੇ ਬਾਕੀ ਦੇ ਕੁਸ਼ਚਨ ਤੁਹਾਡੇ, ਠੀਕ ਹੈ? ਜੇ ਤੁਹਾਡੀ ਜਗ੍ਹਾ ਦੇ ਪੇਪਰ ਚ ਮੈਂ ਬੈਠਾ ਹੋਊਗਾ, ਮੈਂ ਪਤਾ ਕੀ ਸੋਚੂਗਾ, ਆਰਾਮ ਨਾਲ ਦੇਖੋ। ਸਭ ਤੋਂ ਪਹਿਲਾਂ ਮੈਂ ਦੇਖੂੰਗਾ, ਫਸਟ ਕਹਿੰਦਾ ਫੀਲਡ ਗਾਈਡ ਆਫ ਨੇਟਿਵ ਬਰਡਸ। ਉਸਤਾਦ ਜੀ ਕੋਈ ਮੈਂ ਬਰਡਸ ਦੀ ਗੱਲ ਨਹੀਂ ਕਰੀ, ਮਤਲਬ ਮੈਂ ਸ਼ੋਰ ਹਾਂ ਵੀ ਰਮਨ ਵੀਰੇ ਪਹਿਲਾਂ ਨਹੀਂ ਆਉਂਦਾ ਹੈਗਾ। ਦੂਜਾ ਦ ਬੁਸ਼ ਔਨ ਟੂ ਵੀਲਸ, ਕੋਈ ਮੋਟਰਸਾਈਕਲ ਦੀ ਗੱਲ ਨਹੀਂ ਆਉਂਦਾ ਹੈਗਾ। ਕੋਈ ਬੁਸ਼ ਦਾ ਫੂਡ, ਨਾ ਨਾ ਨਾ, ਕੋਈ ਇਹ ਵੀ ਨਹੀਂ ਆਉਂਦਾ। ਕੋਈ ਡਾਇਨਾਸੋਰ, ਕੋਈ ਹਿਸਟਰੀ ਨਹੀਂ ਆਉਂਦਾ ਹੈਗਾ। ਕੋਈ ਬੁਸ਼ ਵਾਕਿੰਗ ਇਨ ਆਸਟ੍ਰੇਲੀਆ। ਉਸਤਾਦ ਮਤਲਬ ਤੁਸੀਂ ਇਹ ਦੇਖੋ ਕਿ ਪਹਿਲੇ 5 ਕੁਸ਼ਚਨ ਮੈਂ ਤਾੜ ਕੱਟ ਕੇ ਮਾਰੇ, ਇਹਨੂੰ ਕਹਿੰਦੇ ਨੇ ਪੇਪਰ ਲਈ ਸ਼ੋਰ ਹੋਣਾ। ਮੈਨੂੰ ਕਿਵੇਂ ਕੋਈ ਬੰਦਾ ਕਹਿ ਦੂਗਾ ਵੀ ਤੇਰਾ ਗਲਤ ਹੈ? ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਅਗਲੇ 2 ਕੁਸ਼ਚਨ ਮੇਰੇ ਕੋਲ ਐਗਜ਼ਾਮਪਲਾਂ 'ਚ ਨੇ, 6ਵਾਂ ਤੇ 7ਵਾਂ। ਮਤਲਬ ਨਾ 6ਵਾਂ ਆ ਸਕਦਾ ਨਾ 7ਵਾਂ ਆ ਸਕਦਾ। ਹੁਣ ਸਭ ਤੋਂ ਵੱਡੀ ਗੱਲ ਦੱਸਾਂ, ਸਰਵਾਈਵਲ ਟੈਕਨੀਕ, ਕੋਈ ਸਰਵਾਈਵਲ ਟੈਕਨੀਕ ਨਹੀਂ ਹੈਗੀ। ਐਨਸਾਈਕਲੋਪੀਡੀਆ ਨਹੀਂ, ਯਾਦ ਰੱਖ ਲਿਓ, ਐਨਸਾਈਕਲੋਪੀਡੀਆ ਦਾ ਮਤਲਬ ਹੁੰਦਾ A to Z। ਆਪਾਂ ਕੋਈ ਗੱਲ ਨਹੀਂ ਕਰੀ ਹੈਗੀ, ਰਹਿ ਗਏ 2 ਆਪਸ਼ਨ। ਜੇ ਲਾਸਟ ਵਾਲਾ ਦੇਖਾਂ, ਕਹਿੰਦਾ ਫੀਲਡ ਗਾਈਡ ਕੋਈ ਐਨੀਮਲ, ਨਾ ਉਸਤਾਦ, ਇੱਕ ਬਚ ਗਿਆ। 10th, 10ਵਾਂ ਤੁਸੀਂ ਪੜ੍ਹ ਕੇ ਦੇਖ ਲਓ, ਕਹਿੰਦਾ ਗਾਈਡ ਟੂ ਦਾ ਆਰਟ ਆਫ ਦਾ ਆਸਟ੍ਰੇਲੀਅਨ ਡੈਜ਼ਰਟ। ਉਹਨੇ ਕਿਹਾ ਸੀ ਡਰਾਈਐਸਟ ਪਾਰਟ, ਸੁੱਕਾ ਡੈਜ਼ਰਟ ਜਿਹਨੂੰ ਕਹਿੰਦੇ ਨੇ ਮਾਰੂਥਲ। ਤੇ ਸਭ ਤੋਂ ਵੱਡੀ ਗੱਲ ਹੈ, ਉੱਧਰ ਕਹਿੰਦੇ ਸੀ ਫੋਟੋਗ੍ਰਾਫੀ, ਪੇਂਟਿੰਗ। ਤਾਂ ਉਸਤਾਦ ਦਿਮਾਗ 'ਚ ਕੋਈ ਗੱਲ ਬੈਠੀ ਰਮਨ ਦੀ? ਮੈਂ ਸਾਰੀ ਕਲਾਸ ਨੂੰ ਇੰਨਾ ਕੁ ਦੱਸਣਾ ਚਾਹੁੰਦਾ ਕਿ ਪੇਪਰ ਪਾਸ ਕਰਨਾ ਇਜ਼ ਵੈਰੀ ਈਜ਼ੀ। ਤੁਸੀਂ ਇੱਕ ਪੈਰਾਗ੍ਰਾਫ ਪੜ੍ਹੋ, ਉਹਦਾ ਓਵਰਆਲ ਆਪਣੇ ਦਿਮਾਗ 'ਚ ਬਿਠਾਓ, ਤੇ ਜਦੋਂ ਐਂਸਰ ਲਾਉਣਾ ਹੈਗਾ ਤੁੱਕਾ ਨਹੀਂ ਮਾਰਨਾ, ਆਪਾਂ ਨੇ ਕਟਿੰਗ ਕਰਨੀ ਹੈ, ਆ ਵੀ ਨਹੀਂ ਹੈਗਾ, ਆ ਵੀ ਨਹੀਂ ਹੈਗਾ। ਤੇ ਜਿਹੜਾ ਹੋਇਆ ਫਿਰ ਤੁਸੀਂ ਕਹੋਗੇ ਵੀ ਰਮਨ ਐਵੇਂ ਪੇਪਰ ਪਾਸ ਹੁੰਦਾ ਹੈਗਾ, ਬਸ ਆਹ ਤਰੀਕ ਹੈ ਪੁੱਤ। ਚਲੋ ਪੈਰਾਗ੍ਰਾਫ ਬੀ ਪੜ੍ਹਦੇ ਹਾਂਗੇ, ਤੇ ਤੁਹਾਡੇ 'ਚੋਂ 2 ਮੁੰਡਿਆਂ ਨੂੰ ਖੜੇ ਕਰੂੰਗਾ, 2 ਕੁੜੀਆਂ ਨੂੰ, ਉਹ ਆਪਦਾ ਦਿਮਾਗ ਲਾ ਕੇ ਦੱਸਣ ਵੀ ਸਹੀ ਇੱਕ ਗਲਤ ਹੈ। ਰੈਡੀ? ਤੇ ਵਾਰੀ ਕਿਸੇ ਦੀ ਵੀ ਆ ਸਕਦੀ ਹੈਗੀ। ਬਸ ਲਓ ਜੀ, ਜੇ ਆਪਾਂ ਬੀ ਨੂੰ ਬੜੇ ਆਰਾਮ ਨਾਲ, ਕੋਈ ਕਾਹਲੀ ਨਾ ਕਰੀਓ, ਠੀਕ ਹੈ? ਕਹਿੰਦਾ ਪੁੱਤ, ਕਹਿੰਦਾ ਪੋਕਿਟ ਸਾਈਜ਼ਡ ਮੈਪਸ, ਪੋਕਿਟ ਸਾਈਜ਼ ਕੇ ਜਿਹੜੀ ਜੇਬ 'ਚ ਪੈ ਜਾਂਦੇ ਨੇ, ਠੀਕ ਹੈ? ਇੱਕ ਮੈਪਸ ਨੇ ਐਂਡ ਇਲੂਸਟ੍ਰੇਸ਼ਨਸ ਵਿਦ ਡਿਟੇਲਡ ਇਨਫੋਰਮੇਸ਼ਨ ਔਨ ਦਾ ਨੈਸਟਿੰਗ ਸਾਈਟਸ। ਧਿਆਨ ਨਾਲ ਦੇਖੋ, ਪੋਕਿਟ ਸਾਈਜ਼ਡ ਮੈਪ, ਪੋਕਿਟ ਸਾਈਜ਼ ਹੁੰਦਾ ਜੇਬ 'ਚ ਪੈ ਗਿਆ, ਪੋਕਿਟ 'ਚ ਪੈ ਗਿਆ, ਉਹਦੇ ਮੈਪ ਬਣੇ ਹੋਏ ਨੇ। ਕੋਈ ਇਲੂਸਟ੍ਰੇਸ਼ਨਸ ਨੇ ਡਿਟੇਲ 'ਚ ਦੱਸਿਆ ਹੋਇਆ, ਫੋਟੋਆਂ ਲੱਗੀਆਂ ਹੋਈਆਂ ਨੇ। ਕੋਈ ਨੈਸਟਿੰਗ ਸਾਈਟ ਨੇਗੀਆਂ ਐਂਡ ਮਾਈਗ੍ਰੇਸ਼ਨ ਪੈਟਰਨਸ ਆਫ ਆਸਟ੍ਰੇਲੀਆ ਹੈਗਾ। ਦਿਸ ਇਜ਼ ਅ ਕਲਾਸਿਕ ਬੁੱਕਲੈਟ ਸੂਟੇਬਲ ਫੋਰ ਬੋਥ ਬਿਗਿਨਰ ਐਂਡ ਐਕਸਪਰਟ। ਜਿਹੜੀ ਇਹ ਕਿਤਾਬ ਹੈ ਇਹ ਬਿਗਿਨਰ ਲਈ ਵੀ ਹੈ, ਸੋਰੀ, ਜਿਹੜੇ ਬਿਗਿਨਰ ਹੁੰਦੇ ਨੇ ਜਿਹੜੇ ਸ਼ੁਰੂ 'ਚ ਨੇ, ਤੇ ਐਕਸਪਰਟ ਨੇ ਜਿਹੜੇ ਵਧੀਆ ਨੇਗੇ। ਮਤਲਬ ਪੈਰਾਗ੍ਰਾਫ ਕੀ ਕਹਿੰਦਾ ਹੈਗਾ, ਇਹ ਪੋਕਿਟ ਸਾਈਜ਼ ਮੈਪ ਬਣੇ ਹੋਏ ਨੇ, ਇਹ 'ਚ ਫੋਟੋਆਂ ਨੇ, ਇਲੂਸਟ੍ਰੇਸ਼ਨ ਨੇ, ਪੂਰੀ ਡਿਟੇਲ 'ਚ ਇਨਫੋਰਮੇਸ਼ਨ ਹੈਗੀ। ਅਤੇ ਦੂਜੀ ਗੱਲ, ਇਹ ਨੈਸਟਿੰਗ, ਨੈਸਟਿੰਗ ਉਹਨਾਂ ਨੇ ਆਲਣੇ, ਨੈਸਟਿੰਗ ਸਾਈਟਸ ਨੇਗੀਆਂ, ਇਹ 'ਚ ਮਾਈਗ੍ਰੇਸ਼ਨ ਦੇ ਪੈਟਰਨ ਦਿੱਤੇ ਹੋਏ ਨੇ। ਇਹ ਬਹੁਤ ਵਧੀਆ ਬੁੱਕਲੈਟ ਹੈ, ਬਿਗਿਨਰ ਲਈ ਵੀ ਹੈ ਅਤੇ ਇਹ ਐਕਸਪਰਟਲੀ ਵੀ ਹੈ। ਹੁਣ ਤੁਸੀਂ ਦੇਖੋ ਐਂਸਰ ਲਈ, ਸਭ ਤੋਂ ਵੱਡੀ ਗੱਲ ਦੇਖੋ, ਇੱਕ ਤਾਂ ਇਹਨੂੰ 6ਵਾਂ ਕਹਿੰਦੇ ਆ, ਇਹਨੂੰ 7ਵਾਂ ਕਹਿੰਦੇ ਆ,
मतलब मेरी क्लास नू ये पता होवे कि रमन भाई आ देखो तुसी एक बोली हो ना ठीक है थोनू मैं दसदा छेवां भी नहीं सतवां भी नहीं ते दसवां भी नहीं आराम नाल कोई काली नहीं करनी आपां ने ठीक है तुसी सारे मेरे लिए मेरा परिवार बैठे हो आपां देखदे आं लभदे आं जे किसे नू ओरे प्रॉब्लम है ना आ ओरे भी बैठ जाओ लंबा कर लो इहनू इधर आउणा है कोई इशू नहीं हैगा मैनू तुसी भरा इधर आउणा आ जाओ बॉय लास्ट छोटे तू रह जा गुड मैम प्लीज इहनू चेक लई थों ठीक है ब्रो तू इत्थे आ जा तू उत्थे आ जा अगे किते सैटिंग कर लै आपदी हले तू औखा ना हो इधर हो जा किते ठीक है बस किसी भी डिस्टर्ब ना हो हले इत्थे जो जा ठीक है आराम ना बह जा ओए उत्थे आ जा उत्थे जगह पई है सामने तेरे लिए बड़ी साफ है आया नाले सेफ है तू कंफर्टेबल है ना किसी नूं रे प्रॉब्लम होगी ठीक है पुत्त आया ठीक है आराम ना बह इत्थे खुश है नाले तां तैनूं कंफर्टेबल है पुत्त तुसीं ठीक हो ओके चलो जी हुण आंसर लाउने आपां आराम नाल देखो फील्ड गाइड टू एनिमल्स ऑफ द वर्ल्ड ना एनसाइक्लोपीडिया उस्ताद ना कोई सर्वाइवल दियां टेक्निक ना कोई बुश वॉकिंग कोई तुरके जाने बाबे ना कोई हिस्ट्री कोई जानवरां दी ना कोई फूड ना ते कोई टू व्हील एक्यूरेट आंसर फर्स्ट है कहना फील्ड गाइड टू नेटिव बर्ड्स ऑफ बाबे जदों ने फील्ड गाइड की गल करी ना मैप इलूस्ट्रेशन मैप की गाइड करता हूं मैप ते दूजी गल नेटिव बर्ड्स नेस्टिंग हुण जिहड़े बर्ड्स ने वो नेस्ट च ही रहणगे आलणिआं च ही रहणगे तां उस्ताद जी आ बैठा ते हुण आपां नूं पता लग गया कि जिहड़ा आ क्वेश्चन है मेरा इहदा फर्स्ट है तां आंसर किवें आऊगा नौवां क्वेश्चन है जिहड़ा बुक बी इहदा आंसर है फर्स्ट ते बेनती यार थल्ले ना डिगिआ करो तुहानूं समझाया सीगा सुणो सब तों चंगी गल आंसर एवें आ जिवें इहदा आंसर दसवां सी ना जे किसी ने एवें ला लिया गलत है जे किसी ने टेन पा लिया गलत है मतलब की है आ दसवें का मतलब है एक्स रोमन रमन कह रहे हैं रोमन च पाने थे सब तो बड़ी गल भी याद रख लियो रमन दे स्पेलिंग ने आर ए जे प्यार है तो रमन है जे एम रोटेट होगी ना एम रोटेट समझ दे ना एम दी डब्ल्यू बन गई ना तो शर्मा जी रावण भी ने गए चलो दो क्वेश्चन हो गए अपने मतलब की है अपन ये भी पता लग गया कि आंसर ना एवें लिखना ना एवें एवें तो जोड़ा सैकेंड आंसर है यदा आंसर आ वन नहीं है उस्ताद ना ओ एन ई वाला वन है ना ना एक्यूरेट आंसर है क्योंकि रोमन है दो आंसर ते विद श्योरिटी आंसर ने ना मैं टाइम पास ट्रेनर नहीं है या मैं पढ़ाऊंगा या मैं नहीं पढ़ाऊंगा मैं अद विचाला नहीं करता चलो आप सी पढ़िए ते मैं चाहूंगा कै पढ़िया तू आंसर लाई लास्ट वाला हम तुमको बहुत प्यार करते हैं अरे बाप रे यहां पे आ जाओ आगे आ जाओ ठीक है सारी क्लास ओए मेरा है भी नहीं दूजा प्यार नहीं कि खासमा मेरा मुंडे जी ने इंटरेस्ट है कि कल को है ना हम इकट्ठा नहीं रहना ये सर को औखा होएगा थोड़ा आगे सर को ज्यादा औखा होएगा ना यहाँ पे आ जाओ देख रहे हो जान यहाँ पे आ जाओ ये सर को औखा नहीं होएगा ऐसे है ना ये सब तो बढ़िया है बस भी मूरे आके मैंने भी छेती पहुंचूंगा Love you. Thank you. चलो पैराग्राफ सी लो जी ते एक गल होर देखो तुसी ए भी नोट करके देखियो आ जर्नल दे बच्चियां दे लई दो दो लाइना दे ने एकेडमिक वाले ओ अपने नाल धोखा हुंदा हैगा सत सत अठ अठ लाइना देने तो बाद पढ़ने तो बाद कहने ओ खाली पर ए ट्रिकी बहुत ने गे चलो सी सी की कहंदे आ कहना पैक्ड फुल ऑफ इनफॉर्मेशन फॉर द अवेड हाइकर दिस बुक इज अ मस्ट कोई हाइकर दे लई ये बुक जरूरी है फोटोग्राफ्स मैप्स एंड प्रैक्टिकल एडवाइज विल गाइड योर जर्नीज ऑन फुट
थ्रू द फॉरेस्टेज ऑफ द सदरन कॉन्टीनेंट। ये एक पैकड फुल इनफॉरमेशन है सर जी। ये जिहड़े बंदे हाइकर ना जिहड़े उपर चढ़ते रहते हैं पहाड़ा पहूड़ा से चढ़ते हैं, ये उन्होंने लिए हैगी। तो ये ना पूरी फोटोग्राफ ने, मैप्स ने, प्रैक्टिकल पूरी एडवाइस दित्तियां हुई ने। तो ये गाइड जिहड़ी जर्नी ना जिहड़े लोग बाय फुट जाते हैं, ये किताब उन्हां लोगों लई बहुत वधिया है जिन्होंने पहाड़ी पहूड़ी चढ़नी हैगी, क्योंकि ये तुहाडी हैल्प की होजूगी। तुहानूं मैप दिता होया है, फोटो दित्तियां हुई ने भी जिहड़ा बंदा तुर के जाऊगा उस्ताद जी वो बंदे नूं प्रॉब्लम नहीं आऊगी। ये किताब उन्हां लई बहुत वधिया है। हुण जंगल दे विचों जाणा है ना, ये भी है। हुण आपां आराम नाल देखो जंगल दे असूल सिखाऊंगा तुहानूं मैं। देखो सब तो पहले आप ऐ करते हैं, ए भी नहीं पेपर से एवें कट लिया करो। सब तो वड्डी गल देखो ध्यान नाल, फील्ड गाइड एनिमल नहीं, एनसाइक्लोपीडिया साथ नहीं, कोई सर्वाइवल टेक्नीक नहीं, कोई बुश टू व्हील ते जाने नहीं, कोई बुश फूड नहीं, कोई हिस्ट्री कोई डायनासोर नहीं। तो बाबा एक बच गया, कहना बुश वॉकिंग इन ऑस्ट्रेलिया, वॉकिंग हाँ जो तुर के जाऊगा बाय फुट उन्हें वॉकिंग कहते हैं। तो वॉकिंग का मतलब क्यों, पंजवा आंसर है जिन्हों वी कह सकते हैं। तो बड़े आराम नाल तुसी देखो हर एक क्वेश्चन मैंने सॉल्व किन्ने वधिया तरीके नाल किया। तो ये गल याद रखियो, एलीमीनेशन इज मैथड। एलीमीनेशन का मतलब की है, आ भी नहीं बस दैट्स इट। कोई बंदा जंगल च गया, कोई तो गया सोनी साडे वाला शेरकनी बंदूक करके खड़ा, शेर ने सोनी ने इशारा किया, सोनी वो लिख सामने देखी पढ़िया हुआ, मतलब लिखा हुआ पढ़िया हुआ लिखा हुआ ठीक है, वो लिखर गया सी भी प्लीज डू नॉट शूट द एनिमल्स विद गन, शूट द एनिमल विद कैमरा। ठीक है, एक साइड से लिखर गया सी डू नॉट हंट द एनिमल्स। शेर कहना वो देखा लिखर के है यार भी डू नॉट हंट द एनिमल्स। देखो पढ़ के ना सोनी ने दर्शा गया, इन्हें मारी गन भगा के मारी भी चल छ यार, जलो लिखे हुए आप कम नहीं करते, जलो जान लगे शेर ने चक ली आया। सोनी कहना और देखा, शेर कहना मैं अनपढ़ हाँ अपन नहीं पढ़ना होना भी तू आ जा जिधर होने। तो सब तो चंगी गल पुत यह भी है कि डी नहीं पढ़ना, क्योंकि डी इज ऑलरेडी एन एग्जाम्पल, ई पढ़ांगे ठीक है। तो इंटरेस्टिंग ने yes, सब तो वड्डी गल उस्ताद हल है एक लाइन, ओ माई गॉश। चलो कोई ना आराम ना देखियो बोलना नहीं, कहना ऑस्ट्रेलियाज प्रीमियर माउंटेन बाइकिंग गाइड बुक। ये कोई बाइकिंग दी गाइड बुक हैगी, कहना टेकिंग यू थ्रू अ होस्ट ऑफ नैशनल पार्क्स ते स्टेट फॉरेस्टेज। जेडे लोग माउंटेन ते बाइक दे थ्रू जाणगे ये उन्हां लई हैगा। ते इच अलग अलग नैशनल पार्क ते स्टेट फॉरेस्ट सारा कुछ दिखाया जाऊगा। ते बिल्कुल देखियो हैल्प करदा मैं, क्योंकि देखो दस ग्यारहवां कोई फील्ड गाइड एनिमल ना, दसवां हो गया इनसाइक्लोपीडिया ना, कोई सर्वाइवल ना, कोई सेवंथ नहीं सिक्स्थ नहीं हो गया, बुश वॉकिंग हो गया, कोई हिस्ट्री ना, कोई बुश फूड ना, किवें हाँ द बुश ऑन टू व्हील्स। साधु ने कहा ना माउंटेन दे बाइक नाल जावांगे, बाइक का मतलब टू व्हील्स, मोटरसाइकिल दो व्हील्स ही होंगे आप जो तो लगता भी 100 टॉप दी राइड होने, नैशनल नूशनल पार्क पूर्क सारा कुछ दसता सीगा दैट्स इट। हुण आपां नूं ये पता लग गया भी रमन किवें सॉल्व करना है, एफ जी एच रह गए बस, कोई रौला नहीं कुछ भी नहीं। तो तुसीं इह वी देखो ना, मैं जिवें जिवें पेपर कर रहा तो मैं आ चीज़ तो श्योर हाँ एक भी गलत नहीं हैगा। मैं वो नहीं हैगा अग्गा दौड़ पीछा चौड़ भी देखी जाऊगी, फिर फर्क नहीं हैगा ना। जे तुसी ये कहाउणा है ना भी असी रमन तेरे हाँ, तो फिर रमन भी ये गल कहूगा भी दिलों पढ़ा रहे हैंगा, बस टेक्नीक है जिन्हों सॉल्व करनी हैगी।
याद रखियो, सब तो जिंदगी च एक सब तो बड़ी चीज नू कहते ने कॉन्फिडेंस, ते जिंदगी च बाजार चो किते नहीं मिलता। ते ये भी गल याद रखियो, तुसी ये देखो किड्डी क्लास दे अगे खड़ के बोल रहे हैं, ते बिना डरे बिना लत्तां कंबे कैमरे अगे बोलना ते आना, लत्तां कंबण लग जांदियां ने। बहुत लोग कैमरा कॉन्शियस नहीं है, डर लगता है, पर आ खड़ा है। फिर जिन्ना क कॉन्फिडेंस है ओडे का स्टेटस बन गया, ओडा का लेवल है। हुण तुसी देख लो भी तुसी किड्डा क बनाउणा है आपदा, तुहाडी चॉइस हैगी। चलो एफ कहदा हेयर इज द ए टू जी, प्लीज इहनू ए टू जेड भी कह दिंदे आ, पर शर्मा ही थोड़े ज्यादा मॉडर्न ने, ठीक है। हेयर इज द ए टू जी ऑफ ऑस्ट्रेलियन नेटिव एनिमल्स, ठीक है। इच ए टू जी ऑस्ट्रेलियन नेटिव एनिमल्स ने टेक एन इन डेप्थ लुक एट देयर लाइव्स एंड करैक्टरिस्टिक्स, उन्होंने जानवरों की विशेषतावान उन्होंने रहन सहन थ्रू फेंटेस्टिक फोटोग्राफ भी ने ते इनफॉर्मेटिव टैक्सट भी ने, सारा कुछ दिता हुआ ए टू जेड, मतलब ए टू जी सब कुछ क्लीयर हैगा। उन्होंने फोटो जानवर दया उन्होंने करैक्टरिस्टिक्स सब कुछ, तो मैं दसना चाहता कि एक्यूरेट आंसर है जी 9th है। तो तुहानू ये दसदा इनसाइक्लोपीडिया का मतलब होंगे कंप्लीट ए टू जेड, जिथे सारी की सारी इनफॉर्मेशन होवे ना उन्हों इनसाइक्लोपीडिया कहते हैं पुत। तो आपको पता लग गया कि ए टू जेड सारिया फोटो जानवर दिया बलां बलां सब कुछ हैगा, ताडे सामने आ गया एंसर आ गया 9th। तो पर पौने रोमन दे ने, ठीक है, दो रह गए, आलो दोनों भी फिनिश कर देने गे, फिर तुसी कहोगे भी क्या बात है। कहिंदा ग्राफिक आर्टिस्टिस ने जिहड़े हैव वर्कड विद रिसर्चर एंड साइंटिस्टिस टू इलूस्ट्रेट हाउ दीज प्री हिस्टोरिक एनिमल्स लिव्ड एंड डाइड ऑन द ऑस्ट्रेलियन, मतलब इतने दसिया गया कि किवें पुराने जानवर आए रहे ते मरे, उन्होंने हिस्टोरिक तो मतलब हिस्टोरिक द मतलब ते विरजे फोर्थ आ पिक्टोरियल हिस्ट्री ऑफ द डायनासोर इन ऑस्ट्रेलिया। जे तुहानू लगता भी भाई डायनासोर तो क्या नहीं, वो कहता जेडे आए सी लिव्ड सी डाइड सी, हुण जेडे इस टाइम मतलब एग्जिस्ट ही नहीं करते इस टाइम है ही नहीं गए, तो डायनासोर कहड़ा है इस टाइम, तो उन्हें पुरानिया हिस्टरी दियां गल्लां ने कई जानवर जेडे हुण रहे नहीं है गे, वो पुराने सी तां डिग्गिया पिया। हुण ये नहीं है ना कि आपां नूं सारा हुण डायनासोर का मतलब यही है, तुसीं देखो पैराग्राफ च आपां नूं की कहे ने, आ देखो कहिंदा दीज प्री हिस्टोरिक एनिमल, वो हिस्टोरिक एनिमल जिहड़े पहला हुंदे सी, तां डायनासोर पहले ही हुंदे सी, हुण थोड़े हुंदे ने। लो जी अपने को मैनू रह गया एक रह गया है ना एच, बस कहिंदा अ डेफिनेटिव हैंडबुक ऑन आउटडोर सेफ्टी, ये एक ना जिहड़ी बुक है ये सेफ्टी दे लई है, विद अ स्पेसिफिक फोकस ऑन इक्यूपमेंट, इच दस्या गया भी केड़े समान हुंदे ने, न्यूट्रिशन खाण पीन की हुंदा है, फस्ट एड जे कोई सट पेट लग जाए तां फस्ट एड की हुंदी है पुत, स्पेशल क्लोथिंग एंड बुश स्किल्स, मतलब ये एक किताब है जिहदे च बहुत तरह की सेफ्टी बारे दस्या गया, बड़ा फोकस किया गया इक्यूपमेंट बारे, समान बारे, खाण पीन बारे, रहन सहन बारे, सब कुछ, मतलब इस बुक दे विच सेफ्टी बारे सारियां गल्लां करियां ने। तो तुहानू एक हैल्प करदा, बोलिए ना प्लीज बोलिए ना, नहीं मजा खराब हो जाऊगा, ठीक है, हैल्प करदा एक प्लीज़, तुसी सारे मेरे भैन भरा हो प्लीज़। देखो एनसाइक्लोपीडिया नहीं आता है, ठीक है, आप एक कम करते हैं, देखो ना 6th ना 7th, ठीक है, ना वॉकी वाला ना हिस्टरी वाला, ठीक है, ना टू व्हील्स वाला ते ना बर्ड्स वाला, ठीक है। हुण अपने कोल एक तरह क्या गाइड टू द आर्ट ऑफ द ऑस्ट्रेलियन डेजर्ट, डेजर्ट वर्ड नहीं आया बाबे आपां आ कटता, ठीक है केड़ा, अच्छा ये होए गया, चलो ठीक है, बुश फूड ना इहदी कोई गल नहीं करी, ठीक है, एक रह गया, चल कोई ना सर्वाइवल
ਟੈਕਨੀਕਸ ਇਨ ਦ ਵਾਈਲਡ। ਹੁਣ ਸਰਵਾਈਵਲ ਦਾ ਮਤਲਬ ਪਤਾ ਕੀ ਹੁੰਦਾ? ਸਰਵਾਈਵ ਕਰਨਾ, ਬਚ ਕੇ ਰਹਿਣਾ। ਮੈਨ ਵਰਸਿਸ ਵਾਈਲਡ ਦੇਖੇਗਾ, ਜੇ ਚ ਉਹਨੂੰ ਕੀੜਾ ਮਕੌੜਾ ਵੀ ਲੱਗਦਾ ਵੀ ਆਹ ਬਰਗਰ ਮੇ ਟਿੱਕੀ ਹੈ, ਆਈ ਭੜਕਾ ਹੁੰਦਾ, ਉਹ ਕੀ ਕਰ ਦੇਗਾ? ਤਾਂ ਮਤਲਬ ਤੁਹਾਡੇ ਅੱਗੇ ਆਹ ਪਿਆ ਆਂਸਰ ਕਿ ਸਰਵਾਈਵਲ ਟੈਕਨੀਕਸ ਨੇ ਜਿਹੜੀਆਂ ਵਾਈਲਡ ਦੇ ਵਿੱਚ, ਜਿਹ 'ਚ ਦੱਸਿਆ ਗਿਆ ਸੀ ਖਾਣ ਪੀਣ ਬਲਾਮਲਾ ਬਲਾਮਲਾ ਜੋ ਵੀ ਹੈ। ਹੁਣ ਤੁਸੀਂ ਇੱਕ ਗੱਲ ਦੇਖੋ ਆਰਾਮ ਨਾਲ, ਮੇਰੀ ਇੰਨੀ ਕੁ ਟੈਕਨੀਕ ਹੈ ਜਿਹਨੂੰ ਮੈਂ ਲਿਸਟ ਆਫ ਹੈਡਿੰਗ ਦਾ ਨਾਮ ਦਿੱਤਾ। ਸਭ ਤੋਂ ਪਹਿਲਾਂ ਮੈਂ ਪੈਰਾਗ੍ਰਾਫ ਦੇਖੇ, ਹੁਣ ਇਹ ਦਿਮਾਗ 'ਚ ਰੱਖ ਲਓ, ਭਾਵੇਂ ਛੋਟੇ ਹੋਣ ਵੱਡੇ ਹੋਣ, ਜਰਨਲ ਦੇ ਨੇ ਜੇ ਅਕੈਡੈਮਿਕ ਦੇ ਹੁੰਦੇ, ਸਾਈਜ਼ ਥੋੜ੍ਹਾ ਵੱਡਾ ਸੀ, ਫਿਰ ਕੀ ਹੋ ਗਿਆ? ਭਾਵੇਂ ਵੱਡਾ ਹੋਵੇ ਛੋਟਾ ਹੋਵੇ, ਪੈਰਾਗ੍ਰਾਫ ਨੂੰ ਕੋਈ ਨਹੀਂ। ਤੁਸੀਂ ਕੀ ਕਰਨਾ, ਇੱਕ ਪੈਰਾਗ੍ਰਾਫ ਨੂੰ ਪੜ੍ਹੋ, ਉਸ ਪੈਰਾ। ਹਾਂ, ਇੱਕ ਬੇਨਤੀ ਹੈ, ਕਈ ਬੱਚਿਆਂ ਦਾ ਦਿਮਾਗ ਪਤਾ ਕੀ ਹੁੰਦਾ ਕਿ ਰਮਨ ਸਰ ਸਾਨੂੰ ਨਾ ਇੱਕ ਦੋ ਵੋਕੈਬਲਰੀ ਦੇ ਵਰਡ ਨਹੀਂ ਪਤਾ ਲੱਗੇ। ਜੇ ਮੰਨ ਕੇ ਚੱਲੋ ਤੁਹਾਡੇ ਪੈਰਾਗ੍ਰਾਫ 'ਚ 10 ਲਾਈਨਸ ਨੇ ਨਾ, ਅਚਾਨਕ ਕੀ ਹੋ ਗਿਆ ਕਿ ਤੁਹਾਨੂੰ 3 ਲਾਈਨਸ ਦੀ ਪੰਜਾਬੀ ਹਿੰਦੀ ਨਹੀਂ ਬਣੀ, ਕੋਈ ਨਾ, ਫਿਰ ਕੀ ਹੋ ਗਿਆ? ਆਪਾਂ ਮਸ਼ੀਨ ਥੋੜ੍ਹੀ ਹਾਂ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਵਰਡਸ ਆਪਾਂ ਨੂੰ ਨਹੀਂ ਆਉਂਦੇ ਹੁੰਦੇ, ਇਹ ਮੈਨੂੰ ਵੀ ਪਤਾ ਹੈਗਾ। ਤਾਂ ਕਹਿਣ ਦਾ ਸਾਫ ਜਿਹਾ ਮਤਲਬ ਇਹ ਹੈਗਾ ਕਿ ਜਿਹੜੇ ਵੀ ਬੱਚੇ ਨੇ ਪੇਪਰ ਨੂੰ ਪਾਸ ਕਰਨਾ, ਪੜ੍ਹਨਾ ਹੈਗਾ, ਉਹਦੇ ਲਈ ਮੇਰਾ ਸਲਿਊਸ਼ਨ ਇਹ ਹੈ। ਮੇਰੀ ਕਹਿੰਦੇ ਹੁੰਦੇ ਨਾ ਵੀ ਟਿਪਸ ਐਂਡ ਟ੍ਰਿਕਸ ਕੀ ਨੇਗੀਆਂ, ਤਾਂ ਮੇਰੀਆਂ ਟਿਪਸ ਐਂਡ ਟ੍ਰਿਕਸ ਇਹ ਨੇਗੀਆਂ, ਪੈਰਾਗ੍ਰਾਫ ਪੜ੍ਹੋ, ਮੰਨ ਲਓ ਇਹ ਪੜ੍ਹ ਲਿਆ, ਐਂਸਰ ਲਾਓ ਨਾ ਜਦੋਂ ਤੱਕ ਆਪਾਂ ਐਲੀਮੀਨੇਸ਼ਨ ਨਹੀਂ ਕਰਦੇ ਜਾਂ ਸ਼ੋਰ ਨਹੀਂ ਹੁੰਦੇ। ਜਿਹੜਾ ਐਂਸਰ ਪੱਕਾ ਹੋਊਗਾ, ਤੁਸੀਂ ਦੇਖੋ ਦਿਮਾਗ 'ਚ ਘੰਟੀ ਵੱਜੂਗੀ, ਦਿਮਾਗ 'ਚ ਘੰਟੀ ਉਦੋਂ ਵੱਜੂਗੀ ਜਦੋਂ ਐਂਸਰ ਸ਼ੋਰ ਹੈ। ਤੁਸੀਂ ਇਹ ਗੱਲ ਦੇਖੋ, ਹੁਣ ਆਪਾਂ ਨੇ ਜਿੰਨੇ ਐਂਸਰ ਸੀ, ਲਾਈਕ ਜੇ ਮੈਂ ਤੁਹਾਡੇ ਅੱਗੇ ਗੱਲ ਕਰਾਂ, ਮੰਨ ਲਓ ਆਹ ਡੈਜ਼ਰਟ ਵਾਲਾ ਐਂਸਰ ਸੀ 10ਵਾਂ, ਤਾਂ ਆਪਾਂ ਨੂੰ ਡਰਾਈਐਸਟ ਯਾਦ ਆ ਗਿਆ, ਡਰਾਈਐਸਟ ਹੈਗਾ ਸੀਗਾ। ਜੇ ਮੈਂ ਗੱਲ ਐਨਸਾਈਕਲੋਪੀਡੀਆ ਤਾਂ A to Z ਸਾਰਾ ਕੁਛ ਸੀਗਾ। ਸਰਵਾਈਵਲ ਟੈਕਨੀਕ ਜੇ 'ਚ ਦੱਸਿਆ ਸੀ ਵੀ ਕਿਵੇਂ ਬਚ ਸਕਦੇ ਹਾਂ, ਕਿਵੇਂ ਸਰਵਾਈਵ ਕਰ ਸਕਦੇ ਹਾਂ, ਠੀਕ ਹੈ। 4-wheel ਆਇਆ, ਆਹ ਤਾਂ ਐਗਜ਼ਾਮਪਲ ਸੀ, ਆਹ ਵੀ ਐਗਜ਼ਾਮਪਲ ਸੀ। ਬੁਸ਼ ਵਾਕਿੰਗ, ਉਹਨੇ ਕਿਹਾ ਸੀ ਬਾਈ ਫੁੱਟ ਤੁਰ ਕੇ ਜਾਣਾ, ਠੀਕ ਹੈ। ਜਾਂ ਪਿਕਟਰੀਅਲ ਹਿਸਟਰੀ, ਤਾਂ ਹਿਸਟੋਰਿਕ, ਚਾਹੇ ਡਾਇਨਾਸੋਰ ਨਹੀਂ ਆਇਆ ਪਰ ਉਹਨੇ ਦੱਸਤਾ ਸੀਗਾ ਕਿ ਲਿਫਟ ਕੀ ਨੇ, ਠੀਕ ਹੈ। ਜਿੱਥੇ 2-wheels ਦੀ ਗੱਲ ਕਰੀ ਤਿਸ ਤਾਂ ਉਹਨੇ ਕਰੀ ਬਾਈਕ 'ਤੇ ਜਾਵਾਂਗੇ, ਅਤੇ ਜਿੱਥੇ ਉਹ ਬਰਡ ਦੀ ਗੱਲ ਤਾਂ ਨੈਸਟ ਦੀ ਗੱਲ ਕਰੀ ਸੀ। ਮਤਲਬ ਬੜੇ ਆਰਾਮ ਨਾਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਤੁਹਾਨੂੰ ਡਾਊਟ ਹੋ ਗਿਆ, ਐਂਸਰ ਨਾ ਲਾਈਓ, ਕਿਉਂਕਿ ਇੱਕ ਗਲਤ ਦਾ ਮਤਲਬ 2 ਗਲਤ ਨੇ। ਰੀਡਿੰਗ ਦੇ ਵਿੱਚ ਜੇ ਤੁਹਾਡਾ 1 ਗਲਤ ਜਾਵੇ, ਬਾਏ 1 ਗੈਟ 1 ਫ੍ਰੀ, ਤਾਂ ਲਾਉਣਾ ਨਹੀਂ ਹੈਗਾ। ਜੇ ਤੁਹਾਨੂੰ 2 'ਚ ਕਨਫਿਊਜ਼ ਹੋ ਗਿਆ ਵੀ ਆਹ ਵੀ ਲੱਗਦਾ, ਆਹ ਵੀ ਇਹਦੇ ਭਾਪੇ ਵਰਗਿਆ, ਆਹ ਵੀ ਇਹਦੇ ਭਾਪੇ ਵਰਗਿਆ, ਤਾਂ ਜਿਹੜਾ ਇਹਦੇ ਭਾਪੇ ਵਰਗਿਆ ਤਾਂ ਰਹਿਣ ਦਿਓ, ਲਾਓ ਨਾ, ਪੈਂਡਿੰਗ 'ਚ ਪਾ ਲਓ, ਅਗਲਾ ਪੜ੍ਹ ਲਓ, ਖਬਰ ਹੈ ਕਿਹਦਾ ਭਾਪਾ ਕਿਹਨੂੰ ਬਣ ਜੇ, ਠੀਕ ਹੈ। ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਰੀਡਿੰਗ ਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਪੈਰਾਗ੍ਰਾਫ ਪੜ੍ਹੋ, ਓਵਰਆਲ ਕੱਢੋ, ਇੱਧਰ ਐਲੀਮੀਨੇਸ਼ਨ ਕਰੋ ਅਤੇ ਐਂਸਰ ਲਾਓ, ਗੱਲ ਖਤਮ। ਇਹ ਤੁਹਾਡੀ ਜ਼ਿੰਦਗੀ ਬਣ ਜੂਗੀ, ਤੁਸੀਂ ਸਾਰੀ ਉਮਰ ਯਾਦ ਰੱਖੋਗੇ ਕਿ ਰਮਨ ਕੋਈ ਚੀਜ਼ ਪੜ੍ਹਾਈ। ਇਹ ਜਰਨਲ ਦੀ ਰੀਡਿੰਗ ਸੀ ਅਤੇ ਅਕੈਡੈਮਿਕ ਨੂੰ ਸੇਮ ਟੈਕਨੀਕ ਸੇਮ ਹੈ ਸਾਰਿਆਂ ਦੀ, ਠੀਕ ਆ। ਵੀਡੀਓ ਕਿਵੇਂ ਲੱਗਿਆ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਚੰਗਾ ਲੱਗਿਆ, ਬੁਰਾ ਲੱਗਿਆ, ਪੰਜਾਬੀ ਬੋਲਦਾ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਜਿਵੇਂ ਵੀ ਤੁਹਾਡਾ ਮਨ ਕਰਿਆ। ਅਤੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੀਓ, ਆਪਦੇ ਪੇਪਰ ਦੀ ਤਿਆਰੀ ਕਰੋ ਘਰ ਬੈਠੇ, ਅਤੇ ਕਿਤੇ ਫੀਸ ਦੇਣ ਦੀ ਵੀ ਲੋੜ ਨਹੀਂ ਹੈਗੀ, ਇਹ ਵੀ ਸਭ ਤੋਂ ਵਧੀਆ ਆਪਸ਼ਨ ਹੈ ਕਿ ਯੂਟਿਊਬ 'ਤੇ ਵੀਡੀਓਜ਼ ਇੰਨੀਆਂ ਆ ਗਈਆਂ, ਹੈ ਨਾ। ਤਾਂ ਖੁਸ਼ ਰਹੋ, ਹੈਪੀ ਰਹੋ, ਵਧੀਆ ਪੜ੍ਹੋ, ਚੰਗਾ ਸਿੱਖੋ, ਅਤੇ ਲਿਸਟ ਆਫ ਹੈਡਿੰਗ 'ਤੇ ਆਪਣੀ ਕਮਾਂਡ ਬਣਾਓ, ਅਤੇ ਲਾਸਟ ਜਿਹੜਾ ਆਪਣਾ ਟ੍ਰੀਓ ਫਾਲ ਸੀ ਉਹ ਦੇਖ ਲਿਓ, ਠੀਕ ਹੈ। ਥੈਂਕ ਯੂ ਸੋ ਮੱਚ, ਟੇਕ ਕੇਅਰ। ਜੇ ਕੋਈ ਗਲਤੀ ਹੋਈ ਹੋਵੇ ਤਾਂ ਆਪਦਾ ਛੋਟਾ ਭਰਾ ਸਮਝ ਕੇ ਮਾਫ਼ ਕਰਦੇ ਹੋ। ਥੈਂਕ ਯੂ ਸੋ ਮੱਚ, ਲੋਟਸ ਆਫ ਲਵ, ਥੈਂਕ ਯੂ ਸੋ ਮੱਚ।